ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਪੰਜਾਬ ਰੇਡੀਓ 'ਤੇ ਸਾਰਿਆਂ ਦਾ ਵੈਲਕਮ ਕਰਦੇ ਅਤੇ ਜਿਵੇਂ ਤੁਹਾਨੂੰ ਕਿਹਾ ਸੀ ਖਾਸ ਮਹਿਮਾਨ ਸਾਡੇ ਨਾਲ ਹਾਜ਼ਰ ਰਹਿਣਗੇ ਅਰਦਾਸ ਮੂਵੀ 11 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਅਤੇ ਉਹਨਾਂ ਦੇ ਖਾਸ ਤੌਰ 'ਤੇ ਜਿਨ੍ਹਾਂ ਦੇ ਪਿੱਛੇ ਹੱਥ ਆ ਮੂਵੀ ਬਣਾਉਣ ਦੇ ਵਿੱਚ ਮੂਵੀ ਵਿੱਚ ਕਲਾਕਾਰੀ ਦਿਖਾਉਣ 'ਤੇ ਸਾਡੇ ਨਾਲ ਹਾਜ਼ਰ ਨੇ ਗਿੱਪੀ ਗਰੇਵਾਲ ਔਰ ਗੁਰਪ੍ਰੀਤ ਘੁੱਗੀ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ ਕਹਿੰਦੇ ਹਾਂ ਸਭ ਤੋਂ ਪਹਿਲਾਂ ਬਹੁਤ ਮਿਹਰਬਾਨੀ ਜੀ ਕੀ ਹਾਲ ਚਾਲ ਭਾਈ ਤੁਹਾਡੀ ਆਵਾਜ਼ ਤਾਂ ਥੋੜੀ ਜੀ ਨਹੀਂ ਹੁਣ ਠੀਕ ਹੋ ਗਈ ਤੁਸੀਂ 3 ਦਿਨ ਪਹਿਲਾਂ ਮਿਲੇ ਹੁੰਦੇ ਨਾ ਹਾਂਜੀ ਮੈਂ ਆਪਣੇ ਮੁੰਡੇ ਨੂੰ ਫੋਨ ਕਰ ਰਿਹਾ ਸੀ ਕੈਨੇਡਾ ਤੋਂ ਹਾਂਜੀ ਦੇਖੋ ਜੀ ਐਜ਼ ਏ ਡਾਇਰੈਕਟਰ ਜੇ ਮੈਂ ਗੱਲ ਕਰਾਂ ਤਾਂ ਬੜੀ ਦੇਰ ਤੋਂ ਦਿਮਾਗ 'ਚ ਸੀਗਾ ਕਿ ਕੋਈ ਫਿਲਮ ਬਣਾਉਣੀ ਆ ਮੈਂ ਕਾਫੀ ਮਤਲਬ ਜਦੋਂ ਮੈਂ ਆਪਣੀਆਂ ਫਿਲਮਾਂ ਐਜ਼ ਏ ਐਕਟਰ ਵੀ ਕਰਦਾ ਰਿਹਾ ਤਾਂ ਮੈਂ ਉਹਨਾਂ ਨਾਲ ਅਸਿਸਟੈਂਟ ਨੂੰ ਕੰਮ ਕੀਤਾ ਵਾ ਜੀ ਬੜੀਆਂ ਚੀਜ਼ਾਂ ਸਿੱਖੀਆਂ ਫੀਲਡ ਦੇ ਵਿੱਚ ਅਤੇ ਇਹ ਫਿਲਮ ਦਾ ਜਦੋਂ ਕੋਨਸੈਪਟ ਦਿਮਾਗ 'ਚ ਆਇਆ ਜੀ ਅੱਜ ਦੇ ਪੰਜਾਬ ਦੀ ਕਹਾਣੀ ਹੈ ਬੜੀਆਂ ਅੱਛੀਆਂ ਚੀਜ਼ਾਂ ਨੇ ਤਾਂ ਮੈਨੂੰ ਲੱਗਿਆ ਕਿ ਇਹ ਬੈਸਟ ਫਿਲਮ ਹੈ ਮੇਰਾ ਡਾਇਰੈਕਟਰ ਦੇ ਤੌਰ 'ਤੇ ਕਰੀਅਰ ਸ਼ੁਰੂ ਕਰਨ ਦੇ ਲਈ ਪੰਜਾਬੀਆਂ ਦੇ ਵਿੱਚ ਇੱਦਾਂ ਦੀ ਫਿਲਮ ਬਣਾਈ ਹੈ ਕੋਸ਼ਿਸ਼ ਕੀਤੀ ਹੈ ਕਿ ਸਾਡਾ ਮਾਣ ਸਤਿਕਾਰ ਉੱਚਾ ਹੋ ਸਕੇ ਹੈ ਨਾ ਅਤੇ ਇੱਕ ਇੱਦਾਂ ਦੀ ਫਿਲਮ ਦੀ ਲੋੜ ਸੀ ਪੰਜਾਬੀ ਸਿਨੇਮੇ ਨੂੰ ਤਾਂ ਪੂਰਾ ਵਰਕਆਊਟ ਕੀਤਾ ਜੀ ਸਾਰੀ ਟੀਮ ਨਾਲ ਬੈਠ ਕੇ ਸਲਾਹ ਕੀਤੀ ਸੀ ਅੱਜ ਸਿਰਫ ਤੁਸੀਂ ਇਹ ਤਾਂ ਤੁਸੀਂ ਡਿਸਾਈਡ ਕਰ ਲਿਆ ਕਿ ਡਾਇਰੈਕਸ਼ਨ 'ਚ ਜਾਣਾ ਤੁਸੀਂ ਇਹ ਵੀ ਨਹੀਂ ਸੋਚਿਆ ਕਿ ਤੁਸੀਂ ਨਾਲ ਐਜ਼ ਅ ਮੇਨ ਲੀਡ ਰੋਲ ਦੇ ਵਿੱਚ ਵੀ ਖੁਦ ਕੰਮ ਕਰਨਾ ਚਾਹੋਗੇ ਐਕਚੁਅਲੀ ਮੈਨੂੰ ਲੱਗਦਾ ਕਿ ਦੋ ਕੰਮ ਇਕੱਠੇ ਹੁੰਦੇ ਨਹੀਂ ਜੀ ਬੜਾ ਔਖਾ ਹੋ ਜਾਂਦਾ ਵਾ ਇਹ ਸੇਮ ਹੀ ਚੀਜ਼ ਆ ਜੀ ਅੱਜ ਤੁਸੀਂ ਮੇਰੀ ਇੰਟਰਵਿਊ ਕਰਨੀ ਹੋਵੇ ਤਾਂ ਉੱਧਰ ਕੈਮਰੇ ਵਿੱਚ ਬੈਠ ਕੇ ਤੁਹਾਨੂੰ ਔਨ ਵੀ ਕਰਨਾ ਪਵੇ ਹੈ ਨਾ ਇਹ ਥੋੜੀ ਵੀ ਆਪਣੀ ਹਲਵਾਈ ਦੀ ਦੁਕਾਨ ਕੋਲ ਜਿਹੜੀ ਆਪ ਹੀ ਪਕੌੜੇ ਖਾਣੇ ਆ ਭਾਈ ਕਹਿੰਦੇ ਨੇ ਹਲਵਾਈ ਨੂੰ ਪਹਿਲਾਂ ਆਪ ਖਾ ਲੈਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਭਾਈ ਸੋ ਅਸੀਂ ਇਹ ਵੀ ਦੇਖਿਆ ਕਿ ਘੁੱਗੀ ਭਾਅ ਜੀ ਨਾਲ ਤੁਹਾਡੀ ਕਾਫੀ ਨੇੜਤਾ ਵੀ ਔਰ ਹਰ ਫਿਲਮ ਦੇ ਵਿੱਚ ਤੁਹਾਡੇ ਨਾਲ ਸਾਥ ਨਿਭਾਇਆ ਨਾਲ ਸੋ ਇਹ ਤੁਹਾਡਾ ਆਈਡੀਆ ਸੀ ਕਿ ਘੁੱਗੀ ਭਾਅ ਜੀ ਨੇ ਕਿਹਾ ਸੀ ਕਿ ਨਹੀਂ ਮੈਂ ਤੁਹਾਡੇ ਨਾਲ ਸਾਥ ਦੇਣਾ ਵਾ ਨਹੀਂ ਐਕਚੁਅਲੀ ਇਹ ਮੇਰਾ ਆਈਡੀਆ ਸੀ ਜੀ ਤੇ ਘੁੱਗੀ ਭਾਅ ਜੀ ਨੇ ਤਾਂ ਜਿੱਦਣ ਸਾਥ ਦੇਣ ਲਈ ਕਿਹਾ ਇਹਨਾਂ ਨੂੰ ਤਾਂ ਪਹਿਲਾਂ ਝਟਕਾ ਹੀ ਲੱਗਿਆ ਵੀ ਮੈਂ ਡਾਇਰੈਕਟ ਕਰਨੀ ਹੈ 3 ਦਿਨ ਤੱਕ ਘੁੰਮਾ ਜ ਰਿਹਾ ਮੈਂ ਐਕਚੁਅਲੀ ਜਿਹੜਾ ਇਹ ਰੋਲ ਸੀਗਾ ਮਾਸਟਰ ਗੁਰਮੁਖ ਸਿੰਘ ਦਾ ਜੀ ਕਿਉਂਕਿ ਮੈਂ ਫਿਲਮ ਬੜੀ ਮੈਂ ਲਿਖੀ ਆਪ ਸੀ ਬੜੀਆਂ ਦਿਲ 'ਚ ਚੀਜ਼ਾਂ ਸੀਗੀਆਂ ਕਰੈਕਟਰ ਇਕੱਲਾ ਇਕੱਲਾ ਬਣਾਇਆ ਸੀਗਾ ਸੋ ਜਦੋਂ ਬੰਦਾ ਲਿਖਦਾ ਨਾ ਉਹਦੇ ਦਿਮਾਗ 'ਚ ਆ ਜਾਂਦਾ ਕਿ ਯਾਰ ਕਿਹੜਾ ਬੰਦਾ ਕਿਹੜੇ ਰੋਲ ਲਈ ਫਿੱਟ ਬੈਠੇ ਸੋ ਇਸ ਰੋਲ ਦੇ ਲਈ ਮੈਨੂੰ ਐਂ ਲੱਗਦਾ ਸੀ ਮੈਂ ਸਾਰੇ ਬੰਦੇ ਸੋਚਦਾ ਸੀਗਾ ਵੀ ਜੇ ਬਾਈ ਚਾਂਸ ਘੁੱਗੀ ਭਾਅ ਜੀ ਨੇ ਕਿਹਾ ਵੀ ਨਹੀਂ ਯਾਰ ਜਾਂ ਮੈਂ ਬਿਜ਼ੀ ਹਾਂ ਜਾਂ ਕੀ ਹਾਂ ਸੈਕਿੰਡ ਆਪਸ਼ਨ ਹੀ ਨਹੀਂ ਸੀ ਮੈਂ ਵੀ ਇਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਭਾਅ ਜੀ ਵੀ ਮੈਂ ਤੁਹਾਨੂੰ ਫਿਲਮ ਸੁਣਾਉਣਾ ਤੁਸੀਂ ਸੁਣੋ ਜੇ ਤੁਹਾਨੂੰ ਠੀਕ ਨਹੀਂ ਲੱਗੂਗੀ ਤੁਸੀਂ ਮੈਨੂੰ ਆਪਸ਼ਨ ਦੱਸ ਦਿਓ ਫਿਰ ਮੈਂ ਕਰ ਲਈ ਠੀਕ ਹੈ ਅਤੇ ਕਹਿੰਦੇ ਠੀਕ ਆ ਬਟ ਜਦੋਂ ਸੁਣਾਈ ਟੱਚ ਵੁੱਡ ਫਿਲਮ ਇਹਨਾਂ ਨੂੰ ਅੱਛੀ ਲੱਗੀ ਅਤੇ ਉਹਨਾਂ ਨੇ ਅੱਧ ਵਿੱਚ ਵਾਲੇ ਕਹਿੰਦਾ ਕਹਿੰਦੇ ਚੱਕ ਦੇਵੇ ਬੱਟੇ ਅਤੇ ਘੁੱਗੀ ਭਾਅ ਜੀ ਵੈਸੇ ਆਮ ਅਕਸਰ ਫਿਲਮਾਂ ਵਿੱਚ ਅਸੀਂ ਤੁਹਾਨੂੰ ਇੱਕ ਬੜੇ ਡਿਫਰੈਂਟ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਦੇ ਆ ਇਹਦੇ ਵਿੱਚ ਬਹੁਤ ਸੀਰੀਅਸ ਇੱਕ ਕਿਰਦਾਰ ਤੁਸੀਂ ਨਿਭਾ ਰਹੇ ਹੋ ਬਹੁਤ ਜਿਹੜੇ ਤੁਹਾਡੇ ਡਾਇਲੋਗ ਵੀ ਉਹ ਬਹੁਤ ਇੱਕ ਸੀਰੀਅਸ ਟੋਨ ਸ਼ੋ ਕਰਦੇ ਨੇ ਜਿਹੜਾ ਮੈਸੇਜ ਪਲੇ ਕਰਦੇ ਨੇ ਮੈਸੇਜ ਦਿੰਦੇ ਨੇ ਤੁਹਾਨੂੰ ਕਿੰਨਾ ਔਖਾ ਲੱਗਾ ਸੀ ਦੇਖੋ ਨਹੀਂ ਔਖਾ ਨਹੀਂ ਲੱਗਦਾ ਜੀ ਕਲਾਕਾਰ ਨੂੰ ਕੁਛ ਵੀ ਔਖਾ ਪਤਾ ਕਦੋਂ ਲੱਗਦਾ ਜੋ ਤੁਸੀਂ ਦਿਲੋਂ ਨਹੀਂ ਕਰ ਰਹੇ ਤੁਸੀਂ ਕਰਨਾ ਨਹੀਂ ਚਾਹੁੰਦੇ ਪਰ ਜਾਂ ਪੈਸੇ ਵਾਸਤੇ ਕਰ ਰਹੇ ਬੰਦਾ ਜਾਂ ਕਿਸੇ ਨੂੰ ਗਲਾਈਜ਼ ਕਰਨ ਵਾਸਤੇ ਕਰ ਰਿਹਾ ਉਦੋਂ ਫਿਰ ਸਭ ਕੁਛ ਹੀ ਔਖਾ ਲੱਗਦਾ ਜਦੋਂ ਇੱਕ ਚੀਜ਼ ਤੁਸੀਂ ਖੁਸ਼ੀ ਖੁਸ਼ੀ ਐਕਸੈਪਟ ਕੀਤੀ ਹੈ ਤੁਸੀਂ ਉਹਨੂੰ ਆਪਣੇ ਅੰਦਰ ਧਾਰਨ ਕਰ ਲਿਆ ਅਤੇ ਤੁਸੀਂ ਸਿਰਫ ਉਹਨੂੰ ਇੰਜੋਏ ਕਰਦੇ ਹੋ ਅਸੀਂ ਕਿਸੇ ਨੂੰ ਕ੍ਰਿਕਟਰ ਨੂੰ ਪੁੱਛੀਏ ਵੀ ਤੈਨੂੰ ਡਬਲ ਸੈਂਚਰੀ ਮਾਰਨੀ ਕਿੰਨੀ ਕੁ ਔਖੀ ਲੱਗੀ ਉਹ ਕਹਿੰਦਾ ਮੈਂ ਇੰਜੋਏ ਕਰ ਰਿਹਾ ਸੀ ਚੱਕਾ 4 6 4 ਮਾਰੇ ਸੀ ਇੰਜੋਏ ਕਰ ਰਿਹਾ ਸੀ ਜਦੋਂ ਗਿੱਪੀ ਹੋਣੀ ਮੈਨੂੰ ਸੁਣਾਉਣ ਲੱਗੇ ਫਿਲਮ ਮੈਂ ਇੱਕ ਵਾਰੀ ਵਾਕਈ ਡਰਿਆ ਕਿ ਹੀ ਇਜ਼ ਨਿਊ ਅਤੇ ਇਹਨਾਂ ਦਾ ਕੰਮ ਨਹੀਂ ਮੈਨੂੰ ਨਹੀਂ ਸੀ ਪਤਾ ਇਹਨਾਂ ਦੇ ਅੰਦਰ ਕਿੰਨੀ ਪ੍ਰਬਲਤਾ ਇੱਕ ਡਾਇਰੈਕਟਰ ਦੀ ਹੈਗੀ ਹੈ ਔਰ ਕਿੰਨੇ ਸਾਲਾਂ ਤੋਂ ਇਹਨਾਂ ਦੇ ਅੰਦਰ ਹੋਮਵਰਕ ਚੱਲ ਰਿਹਾ ਸੀ ਐਜ਼ ਏ ਡਾਇਰੈਕਟਰ ਇਹਨਾਂ ਨੇ ਪੱਤੇ ਖੋਲ੍ਹੇ ਨਹੀਂ ਸੀ ਕਦੀ ਇੱਕਦਮ ਤਾਂ ਝਟਕਾ ਲੱਗਦਾ ਹੀ ਹੈ ਨਾ ਜੀ ਤੁਹਾਨੂੰ ਕੋਈ ਬੰਦਾ ਤੁਹਾਡੇ ਨਾਲ ਕਾਰ ਚਲਾਉਂਦਾ ਚਲਾਉਂਦਾ ਜਹਾਜ਼ 'ਚ ਜਾ ਕੇ ਹੁਣ ਮੈਂ ਜਹਾਜ਼ ਚਲਾਉਣਾ ਬੰਦਾ ਕਹਿੰਦਾ ਇਹ ਤਾਂ ਮਾਰੂਗਾ ਉੱਪਰ ਜਾ ਕੇ ਕਿਤੇ ਹੈ ਨਾ ਅਤੇ ਉਹ ਗੱਲ ਮੈਂ ਡਰ ਤਾਂ ਗਿਆ ਬਟ ਦ ਵੇ ਹੀ ਨਰੇਟਡ ਦ ਸਟੋਰੀ ਐਂਡ ਦ ਵੇ ਹੀ ਨਰੇਟਡ ਮੀ ਮਾਈ ਕੈਰੇਕਟਰ ਮਾਸਟਰ ਗੁਰਮੁਖ ਸਿੰਘ ਮੈਂ ਪਹਿਲਾਂ ਇਹ ਸੋਚਿਆ ਸੀ ਇਹਨਾਂ ਮੈਨੂੰ ਆਪਸ਼ਨ ਦਿੱਤੀ ਸੀ ਭਾਅ ਜੀ ਜਾਂ ਤਾਂ ਮੈਨੂੰ ਆਪਣੀ ਥਾਂ 'ਤੇ ਕੋਈ ਆਪਸ਼ਨ ਦੇ ਦਿਓ ਮੈਂ ਸੋਚਿਆ ਮੈਂ 2-3 ਆਪਸ਼ਨ ਦੇ ਦਾਂਗਾ ਮੇਰੇ ਤੋਂ ਇਲਾਵਾ ਇਹ ਤੋਂ ਕਰਾ ਲਿਆ ਜੀ ਇਹ ਤੋਂ ਕਰਾ ਲਿਆ ਜਿੱਦਾਂ ਜਿੱਦਾਂ ਮੈਂ ਫਿਲਮ ਸੁਣਦਾ ਗਿਆ ਕਰੈਕਟਰ ਸੁਣਦਾ ਗਿਆ ਮੈਂ ਮੁੱਕਰ ਹੀ ਗਿਆ ਵੀ ਹੋਰ ਵੀ ਕੋਈ ਆਪਸ਼ਨ ਹੈਗੀ ਮੈਂ ਕਿਹਾ ਨਾ ਜੀ ਇਹ ਤਾਂ ਮੈਂ ਇਹ ਮੈਂ ਹੀ ਕਰ ਸਕਦਾ ਪਰ ਮੈਂ ਇਹ ਗੱਲ ਦਾਅਵੇ ਨਾਲ 'ਚ ਕਹਿਣਾ ਚਾਹੁੰਦਾ ਜੀ ਕਿ ਮੈਂ ਬੜੇ ਡਾਇਰੈਕਟਰਸ ਨਾਲ ਕੰਮ ਕੀਤਾ 50-60 ਮੂਵੀਜ਼ ਕਰ ਚੁੱਕਾ ਮੈਂ ਟੋਟਲ ਪਰ ਮੈਂ ਜਿਹੜੇ ਗਿਣਤੀ ਦੇ ਕੋਈ 4-5 ਡਾਇਰੈਕਟਰਸ ਆਪਣੇ ਟਿਪਸ 'ਤੇ ਗਿਣ ਸਕਦਾ ਜਿਨ੍ਹਾਂ ਨਾਲ ਮੈਨੂੰ ਕੰਮ ਕਰਕੇ ਸਕੂਨ ਮਿਲਿਆ ਔਰ ਮੈਨੂੰ ਲੱਗਾ ਕਿ ਉਹਨਾਂ ਨੇ ਮੇਰੇ ਤੋਂ ਬੈਸਟ ਕੰਮ ਕਰਾਇਆ ਗਿੱਪੀ ਗਰੇਵਾਲ ਇਜ਼ ਵਨ ਆਫ ਦੈਮ
ਬਹੁਤ ਵਧੀਆ ਗੱਲ ਹੈ ਸੋ ਗਿੱਪੀ ਭਾਜੀ ਐਮੀ ਵਿਰਕ ਦੀ ਕਿਵੇਂ ਚੋਣ ਆਈ ਮਤਲਬ ਤੁਸੀਂ ਕਿਵੇਂ ਸੋਚਿਆ ਕਿ ਇਹ ਕਿਰਦਾਰ ਸੂਟ ਕਰੇਗਾ ਕਿਉਂਕਿ ਬੜਾ ਮਤਲਬ ਨੌਨ ਸੀਰੀਅਸ ਕਿਰਦਾਰ ਹੈ ਅਸਲ ਵਿੱਚ ਤੇ ਉਹ ਬੜਾ ਸੀਰੀਅਸ ਬੰਦਾ ਹੈ ਨਹੀਂ ਐਕਚੁਅਲੀ ਨਹੀਂ ਹੈ ਮੈਨੂੰ ਲੱਗਦਾ ਕਿ ਜਿੱਦਾਂ ਦਾ ਉਹਦਾ ਬੋਲ ਬਾਣੀ ਹੈ ਜਿੱਦਾਂ ਉਹਦੀ ਨੇਚਰ ਹੈ ਗੱਲਬਾਤ ਕਰਦਾ ਹੈ ਜਿੱਦਾਂ ਹਨਾ ਜੋ ਬੋਲਣ ਦਾ ਸਟਾਈਲ ਹੈ ਸੋ ਉਹਨਾਂ ਦੇ ਫਾਦਰ ਨੇ ਸਰਦਾਰ ਸੋਈ ਸਾਹਿਬ ਸੋ ਦੋਨੇ ਪਿਓ ਪੁੱਤ ਦੀ ਨੇਚਰ ਮਿਲਦੀ ਸੀਗੀ ਮੈਨੂੰ ਇਹ ਲੱਗਦਾ ਸੀਗਾ ਮੈਨੂੰ ਪਰਸਨਲੀ ਇਹ ਲੱਗਦਾ ਕਿ ਐਮੀ ਦੇ ਉੱਤੇ ਮੈਨੂੰ ਐਫਰਟ ਨਹੀਂ ਕਰਨੀ ਪਊ ਐਜ਼ ਇਟ ਇਜ਼ ਉਹਨੂੰ ਮੈਂ ਲਿਆ ਕੇ ਕਹੂੰਗਾ ਕਿ ਐਮੀ ਤੂੰ ਉਰੇ ਖੜ ਤਾਂ ਅੱਸੀ ਦੇ ਵਿੱਚ ਉਹ ਕਿਰਦਾਰ ਫਿੱਟ ਹੁੰਦਾ ਸੀਗਾ ਆਗਿਆਪਾਲ ਸਿੰਘ ਹੈ ਨਾ ਸੋ ਤਾਂ ਕਰਕੇ ਫਿਰ ਮੈਂ ਐਫਰਟ ਕੀਤੀ ਜੀ ਉਸ ਚੀਜ਼ ਨੂੰ ਈਵਨ ਐਮੀ ਮੇਰੇ ਨਾਲ ਪਹਿਲਾਂ ਬਹੁਤ ਕਲੋਜ਼ ਨਹੀਂ ਸੀਗਾ ਮੈਂ ਉਹਨੂੰ ਬੁਲਾਇਆ ਸਟੋਰੀ ਸੁਣਾਈ ਕੋਨਸੈਪਟ ਸੁਣਾਇਆ ਸਾਰੀ ਗੱਲਬਾਤ ਹੋਈ ਫਿਰ ਉਹਨੂੰ ਵੀ ਵਧੀਆ ਲੱਗਿਆ ਹਰ ਚੀਜ਼ ਅਤੇ ਉਹ ਗੱਲ ਮੇਰੀ ਕਾਫੀ ਹੱਦ ਤੱਕ ਠੀਕ ਵੀ ਸੀ ਕਿਉਂਕਿ ਜਦੋਂ ਅਸੀਂ ਉਹਨੂੰ ਸ਼ੂਟ ਕਰ ਰਹੇ ਸੀ ਸਾਨੂੰ ਪ੍ਰੋਬਲਮ ਆਉਂਦੀ ਨਹੀਂ ਸੀ ਅਸੀਂ ਉਹਨੂੰ ਇੱਕ ਵਾਰੀ ਸਮਝਾਉਂਦੇ ਸੀ ਤਾਂ ਉਹ ਟਰੈਕ ਫੜ ਲੈਂਦਾ ਇਮੀਡੀਏਟਲੀ ਸੋ ਮਤਲਬ ਇਹ ਵੀ ਕਹਿ ਸਕਦੇ ਕਿਸੇ ਜਗ੍ਹਾ ਕਿ ਜਿਹੜਾ ਇੱਕ ਕਲਾਕਾਰ ਜਦੋਂ ਕਾਫੀ ਕਿਰਦਾਰ ਨਿਭਾ ਲੈਂਦਾ ਉਹਨੂੰ ਕਈ ਵਾਰ ਮੁਸ਼ਕਿਲ ਹੋ ਜਾਂਦੀ ਹੈ ਆਪਣੇ ਕਿਰਦਾਰ ਚੋਣ ਲਈ ਲੇਕਿਨ ਜੇ ਨਵਾਂ ਕੋਈ ਹੈਗਾ ਤਾਂ ਉਹਨੂੰ ਫਿਰ ਜੋ ਕਹੋ ਪਹਿਲਾ ਕਿਰਦਾਰ ਹੀ ਉਹਦਾ ਸਮਝ ਜ਼ਿਆਦਾ ਆ ਜਾਂਦਾ ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ ਐਤ ਕਿ ਵੀ ਜਿਹੜੇ ਪੁਰਾਣੇ ਨੇ ਉਹ ਤਾਂ ਹਰ ਚੀਜ਼ ਦੇਖੋ ਕੋਈ ਵੀ ਚੀਜ਼ ਨਵੀਂ ਕਰਨੀ ਹੈ ਨਾ ਉਹਨੂੰ ਇੱਕ ਵਾਰੀ ਤਾਂ ਦਿਮਾਗ 'ਚ ਬਿਠਾਉਣਾ ਹੀ ਪੈਂਦਾ ਕਿ ਕਰਨਾ ਕੀ ਹੈ ਹਨਾ ਅਤੇ ਐਮੀ ਦਾ ਇਹ ਜ਼ਰੂਰ ਸੀਗਾ ਕਿਉਂਕਿ ਐਮੀ ਦਾ ਕੀ ਆ ਵੀ ਐਮੀ ਜਿੱਦਾਂ ਬੋਲਦਾ ਨਾ ਉਹਦਾ ਬੋਲਣ ਦਾ ਸਟਾਈਲ ਹੈ ਜਿਵੇਂ ਲਾਊਡ ਰੱਖਿਆ ਹੋਇਆ ਸੀ ਅਸੀਂ ਬਹੁਤ ਜ਼ਿਆਦਾ ਹਨਾ ਅਤੇ ਉਸ ਕਰਕੇ ਉਹ ਫਿੱਟ ਬੜਾ ਪੈਂਦਾ ਸੀਗਾ ਤਾਂ ਕਰਕੇ ਉਹ ਇਮੀਡੀਏਟ ਫਿੱਟ ਹੈ ਅਦਰਵਾਈਜ਼ ਇਹ ਨਹੀਂ ਮੈਨੂੰ ਵੀ ਦੋ ਤਿੰਨ ਵਾਰੀ ਮਤਲਬ ਔਖੇ ਹੋ ਕੇ ਵੀ ਭਾਵੇਂ ਆਉਣਾ ਪਿਆ ਕਹਿੰਦੇ ਯਾਰ ਗਿੱਪੀ ਨੇ ਕਿਹਾ ਭਾਵੇਂ ਮੈਂ ਰਾਤੀ 11:30 ਜਾਵਾਂ ਹਾਂਜੀ ਅਸੀਂ ਪਹੁੰਚੇ ਔਰ ਮੇਰੇ ਖਿਆਲ ਨਾਲ ਫਾਈਨਲੀ ਪ੍ਰੋਡਕਟ ਦੇ ਵਿੱਚ ਉਸ ਚੀਜ਼ ਨੇ ਬਹੁਤ ਫਾਇਦਾ ਦਿੱਤਾ ਵਰਕਸ਼ਾਪ ਹੋਣ ਨਾਲ ਨਾ ਸਾਰਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਸੋ ਜੀ ਬਿਲਕੁਲ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪੰਜਾਬ ਰੇਡੀਓ ਸੁਣਦੇ ਰਹਿਣਾ ਔਰ ਸਾਡੇ ਨਾਲ ਹਾਜ਼ਰ ਰਹਿਣਗੇ ਜੀ ਗਿੱਪੀ ਗਰੇਵਾਲ ਔਰ ਗੁਰਪ੍ਰੀਤ ਕੁੱਕੀ ਸੋ ਵੈਲਕਮ ਬੈਕ ਜੀ ਇੱਕ ਵਾਰ ਸਾਰਿਆਂ ਨੂੰ ਫਿਰ ਜੀ ਆਇਆਂ ਕਹਿੰਦੇ ਪੰਜਾਬ ਰੇਡੀਓ ਦੁਨੀਆ ਦਾ ਪਹਿਲਾ 24 ਘੰਟੇ ਚੱਲਣ ਵਾਲਾ ਪੰਜਾਬੀ ਰੇਡੀਓ ਸਟੇਸ਼ਨ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਜਿਹੜਾ ਕਿ ਹੁਣ UK ਵਿੱਚ ਪੂਰੇ ਹੀ ਸੁਣਿਆ ਜਾ ਸਕਦਾ ਨੈਸ਼ਨਲ ਹੋ ਚੁੱਕਿਆ ਯੂਰਪ ਔਰ ਦੇ ਵਿੱਚ ਵੀ ਤੁਸੀਂ ਹੁਣ DAB ਅਤੇ ਪੰਜਾਬ ਰੇਡੀਓ ਸੁਣ ਸਕਦੇ ਹੋ ਅਤੇ ਸਾਡੇ ਨਾਲ ਹਾਜ਼ਰ ਨੇ ਅਰਦਾਸ ਮੂਵੀ ਦੇ ਕਿਰਦਾਰ ਨਿਭਾਉਂਦੇ ਹੋਏ ਗੁਰਪ੍ਰੀਤ ਘੁੱਗੀ ਜੀ ਔਰ ਫਿਲਮ ਦੇ ਪਿੱਛੇ ਜਿਹੜੇ ਲੋਕ ਕਹਿ ਸਕਦੇ ਨੇ ਕਿ ਫਿਲਮ ਨੂੰ ਚਲਾਉਣ ਲਈ ਜਿਹੜਾ ਡਰਾਈਵਰ ਹੁੰਦਾ ਇਹ ਡਰਾਈਵਰ ਤੋਂ ਵੀ ਗਾਂਹ ਚਲੇ ਗਏ ਨੇ ਅਤੇ ਗਿੱਪੀ ਗਰੇਵਾਲ ਸੋ ਭਾਅ ਜੀ ਇੱਕ ਗੱਲ ਹੈ ਜਦੋਂ ਇੱਕ ਫਿਲਮ ਦੀ ਕਰਦੇ ਹਾਂ ਉਹ 'ਚ ਮਿਊਜ਼ਿਕ ਇੱਕ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦਾ ਤੁਸੀਂ ਖੁਦ ਸਿੰਗਰ ਹੋ ਗੁਰਪ੍ਰੀਤ ਭਾਅ ਜੀ ਹੁਣੀ ਵੀ ਨਾ ਮਤਲਬ ਬਹੁਤ ਸਿੰਗਿੰਗ ਦੇ ਵਿੱਚ ਵੀ ਬਹੁਤ ਚੀਜ਼ਾਂ ਕੀਤੀਆਂ ਨਾ ਹਸਾਇਆ ਵੀ ਬਹੁਤ ਆ ਤੁਹਾਨੂੰ ਕੀ ਕਿੱਦਾਂ ਲੱਗਾ ਸੀ ਜਾਂ ਕੀ ਮਨ ਦੇ ਵਿੱਚ ਆਇਆ ਸੀ ਕਿ ਇਸ ਫਿਲਮ ਦੇ ਜਿਹੜੇ ਗੀਤ ਹੋਣਗੇ ਉਹ ਕਿਉਂਕਿ ਜਦੋਂ ਅਸੀਂ ਟ੍ਰੇਲਰ ਦੇਖਦੇ ਹਾਂ ਜਾਂ ਗੀਤ ਇੱਕ ਸੁਣਦੇ ਹਾਂ ਜਦੋਂ ਅਸੀਂ ਬਿਲਕੁਲ ਸਿਚੁਏਸ਼ਨਲ ਲੱਗਦੇ ਹਾਂ ਜੀ ਸੋ ਉਹਦੇ ਮੇਰੇ ਸਾਫ਼ ਨਜ਼ਰ ਆਉਂਦਾ ਕਿ ਕਾਫ਼ੀ ਮਿਹਨਤ ਕੀਤੀ ਗਈ ਹੈ ਮਿਊਜ਼ਿਕ ਦੇ ਉੱਪਰ ਵੀ ਦੇਖੋ ਜੀ ਮਿਊਜ਼ਿਕ ਤਾਂ ਬਹੁਤ ਅਹਿਮ ਪਾਰਟ ਹੁੰਦਾ ਫਿਲਮ ਦਾ ਐਂਟਰਟੇਨਿੰਗ ਹਰ ਚੀਜ਼ ਨੂੰ ਫਿੱਟ ਕਰ ਰਿਹਾ ਕਿਉਂਕਿ ਨੋਰਮਲੀ ਕਈ ਵਾਰੀ ਆਪਾਂ ਜਦੋਂ ਫਿਲਮ ਦੇਖਦੇ ਹਾਂ ਮਿਊਜ਼ਿਕ ਇੱਕ ਇੱਦਾਂ ਦੀ ਚੀਜ਼ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੇ ਕ੍ਰਿਟਿਕਸ ਨੇ ਉਹ ਬਾਹਰ ਆ ਕੇ ਮੈਨੂੰ ਲੱਗਦਾ ਇਹੀ ਗੱਲ ਫੜਦੇ ਆ ਕਿ ਗਾਣੇ ਅਬਰਪਟ ਸੀਗੇ ਗਾਣਿਆਂ ਦੀ ਲੋੜ ਨਹੀਂ ਸੀ ਪੋਜੀਸ਼ਨ ਦੇ ਉੱਤੇ ਨਹੀਂ ਸੀ ਗਾਣੇ ਪਲੇਸਿੰਗ 'ਤੇ ਨਹੀਂ ਸੀਗੇ ਸੋ ਮੈਂ ਪਹਿਲੀ ਫਿਲਮ ਬਣਾਉਣੀ ਸੀ ਜੀ ਮੈਂ ਬਿਲਕੁਲ ਹੀ ਇਹ ਸੋਚ ਕੇ ਨਹੀਂ ਸੀ ਬਣਾਈ ਕਿ ਮੈਂ ਸਿੱਧਾ ਹੀ ਇਹ ਸੋਚ ਕੇ ਗਾਣਾ ਪਾ ਲਵਾਂ ਕਿ ਗਾਣਾ ਵਧੀਆ ਧੱਕੇ ਨਾਲ ਠੋਕ ਦੂੰ ਹਨਾ ਉਹ ਜੀ ਨਹੀਂ ਮੈਨੂੰ ਸੀਗਾ ਕਿ ਲੋਕ ਕਹਿਣ ਸੈਂਸੇਬਲ ਫਿਲਮ ਹੈ ਇੱਕ ਹੈ ਨਾ ਸੋ ਗਾਣੇ ਬਣਾਏ ਗਏ ਕੰਪਲੀਟ ਜੀ ਇੱਕ ਜਤਿੰਦਰ ਸ਼ਾਹ ਜੀ ਨੂੰ ਬਿਠਾਇਆ ਗਿਆ ਹਰ ਸਿਚੁਏਸ਼ਨ ਦੇ ਉੱਤੇ ਗਾਣਾ ਵਰਕਆਊਟ ਕੀਤਾ ਗਿਆ ਫਿਰ ਲੱਭਿਆ ਗਿਆ ਕਿ ਕਿਹੜੇ ਆਰਟਿਸਟ ਦੀ ਵੋਕਲ ਲਈ ਇਹ ਗਾਣਾ ਸੂਟੇਬਲ ਆ ਜਿਵੇਂ ਨਛੱਤਰ ਗਿੱਲ ਨੇ ਗਾਇਆ ਕਨਵਰ ਗਰੇਵਾਲ ਸਾਹਿਬ ਨੇ ਹੈਪੀ ਰਾਏ ਕੋਟੀ ਨੇ ਸੋ ਈਵਨ ਮੈਂ ਚਾਹੁੰਦਾ ਮੈਂ ਸਾਰੇ ਗਾਣੇ ਆਪ ਗਾ ਸਕਦਾ ਹੀ ਹੈ ਨਾ ਜਦਕਿ ਮੇਰਾ ਕੁਝ ਵੀ ਨਹੀਂ ਸੀਗਾ ਗਾਣਿਆਂ ਦੇ ਵਿੱਚ ਇੱਕ ਸੁਨਿਧੀ ਚੌਹਾਨ ਵਾਲੇ ਗਾਣੇ ਦੇ ਵਿੱਚ ਮੈਂ 2 ਲਾਈਨਾਂ ਗਾਈਆਂ ਉਸ ਤੋਂ ਮੇਰਾ ਕੋਈ ਗਾਣਾ ਨਹੀਂ ਗਾਇਆ ਸੋ ਬਟ ਅੱਜ ਮੈਨੂੰ ਜਦੋਂ ਲੱਗਦਾ ਕਿ ਗਾਣੇ ਜਿਵੇਂ ਜਿਵੇਂ ਰਿਲੀਜ਼ ਵੀ ਹੋਏ ਨੇ ਅਤੇ ਜਿਵੇਂ ਲੋਕ ਫਿਲਮ ਦੇ ਵਿੱਚ ਵੀ ਦੇਖਣਗੇ ਉਹ ਚੀਜ਼ ਅੱਛੀ ਲੱਗਦੀ ਹੈ ਡੈਫੀਨੇਟਲੀ ਇੱਕ ਐਂ ਨਾ ਲੱਗੇ ਕਿ ਜ਼ਬਰਦਸਤੀ ਹੋਈ ਅਤੇ ਗੁਰਪ੍ਰੀਤ ਭਾਅ ਜੀ ਤੁਸੀਂ ਮਤਲਬ ਕਾਫੀ ਦੇਰ ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਕੋਮੇਡੀ ਦੇ ਵਿੱਚ ਗਾਇਕੀ ਦੇ ਵਿੱਚ ਵੀ ਕਹਿ ਸਕਦੇ ਹਾਂ ਆਪਾਂ ਉਸ ਤੋਂ ਬਾਅਦ ਫਿਲਮ ਲਾਈਨ ਦੇ ਵਿੱਚ ਵੀ ਬਾਲੀਵੁੱਡ 'ਚ ਵੀ ਜਾ ਚੁੱਕੇ ਹੋ ਤੁਹਾਡਾ ਕੀ ਐਕਸਪੀਰੀਅੰਸ ਹੈਗਾ ਅਰਦਾਸ ਮੂਵੀ ਬਾਰੇ ਕਿਉਂਕਿ ਇੱਕ ਅੱਜ ਕੱਲ੍ਹ ਪੰਜਾਬੀ ਦੌਰ ਜੋ ਚੱਲ ਰਿਹਾ ਪੰਜਾਬੀ ਫਿਲਮਾਂ ਦਾ ਉਹ ਇੱਕ ਕਾਮੇਡੀ ਦੌਰ ਚੱਲ ਰਿਹਾ ਉਹਦੇ ਵਿੱਚ ਇੱਕ ਸੀਰੀਅਸ ਮੁੱਦੇ 'ਤੇ ਇੱਕ ਮੈਸੇਜ ਵਾਲੀ ਫਿਲਮ ਲੈ ਕੇ ਆਉਣਾ ਕੀ ਤੁਹਾਡੇ ਮਨ 'ਚ ਜਦੋਂ ਗਿੱਪੀ ਭਾਅ ਜੀ ਨੇ ਤਾਂ ਮੈਨੂੰ ਪਤਾ ਪੂਰੇ ਕਨਵਿੰਸ ਇਸ ਕਰਕੇ ਨਾ ਸਟਾਰਟ ਕੀਤੀ ਪਰ ਤੁਹਾਡੇ ਕੀ ਮਨ 'ਚ ਕਦੇ ਲੱਗਾ ਸੀ ਕਿ ਜੋ ਟਰੈਕ ਚੱਲ ਰਿਹਾ ਇਸ ਵਕਤ ਪੰਜਾਬੀ ਇੰਡਸਟਰੀ ਦਾ ਕਿ ਉਸ ਤੋਂ ਹਟ ਕੇ ਹੈ ਅਤੇ ਕੀ ਇਹਦਾ ਕੁਛ ਇੰਪੈਕਟ ਦੂਸਰੀ ਸਾਈਡ ਨੂੰ ਵੀ ਪੈ ਸਕਦਾ ਨਹੀਂ ਭਾਅ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਕੁਛ ਸਮੇਂ 'ਚ ਮੇਰਾ ਗੈਪ ਰਿਹਾ ਫਿਲਮਾਂ 'ਚ ਕਾਫੀ ਦੇਰ ਤੋਂ ਮਤਲਬ 1 ਸਾਲ ਹੀ ਹੋ ਗਿਆ ਮੈਂ ਫਿਲਮਾਂ 'ਚ ਮੈਨੂੰ ਤੁਸੀਂ ਦੇਖਿਆ ਨਹੀਂ ਦੱਸ ਗਿੱਪੀ ਭਾਅ ਜੀ ਨੇ ਨਜ਼ਰ ਆਇਓ ਹਾਂਜੀ ਅਤੇ ਮੇਰਾ ਮਨ ਇੰਨਾ ਚੜਿਆ ਹੋਇਆ ਸੀ ਇਹਨਾਂ ਚੀਜ਼ਾਂ ਤੋਂ ਜੋ ਅੱਜ ਕੱਲ੍ਹ ਕਾਮੇਡੀ ਜਿਹੜੀ ਚੱਲ ਰਹੀ ਹੈ ਨਾ ਕਾਮੇਡੀ ਦੇ ਨਾਂ 'ਤੇ ਕੁਛ ਹੋਰ ਖਿਲਾ
ਪਰ ਉਸ ਤੋਂ ਬਾਅਦ ਕੜਮਾਸ ਪੈ ਗਿਆ, ਖਲਾਰਾ ਪੈ ਗਿਆ, ਜਿਹੜਾ ਮਰਜ਼ੀ ਪ੍ਰੋਡਿਊਸਰ ਨੂੰ ਛਿੱਲ ਲਓ, ਚਾਹੇ ਕਿਸੇ ਦੇ ਗਰੀਬ ਦੇ ਪੈਸੇ ਲਵਾ ਕੇ ਕਿਤੇ ਵੀ ਚਾਰ ਸੀਨ ਸ਼ੂਟ ਕਰਕੇ ਫਿਲਮ ਬਣਾ ਕੇ ਲਾ ਦਿਓ, ਉਹ ਮੇਰੇ ਤੋਂ ਕੰਮ ਹੁੰਦਾ ਨਹੀਂ ਜੀ। ਤਾਂ ਆਈ ਵਾਜ਼ ਵੇਟਿੰਗ ਫੋਰ ਸਮਥਿੰਗ ਵੈਰੀ ਗੁੱਡ, ਜਿਹਦੇ 'ਚ ਪੈਸੇ ਮੇਰੇ ਲਈ ਇੰਪੋਰਟੈਂਟ ਨਹੀਂ ਜ਼ਿੰਦਗੀ ਦੇ ਵਿੱਚ, ਪਤਾ ਨਹੀਂ ਕਿਉਂ ਨੇਚਰ ਇੱਦਾਂ ਨਹੀਂ, ਮੈਨੂੰ ਕੰਮ ਦੀ ਭੁੱਖ ਹੁੰਦੀ ਹੈ ਕਿ ਕੁਛ ਕਰਨ ਨੂੰ ਤਾਂ ਮਿਲੇ ਯਾਰ, ਕੀ ਕਰਨਾ ਆਪਾਂ। ਅਤੇ ਉਹ ਗਿੱਪੀ ਜਦੋਂ ਇਹ ਪ੍ਰੋਜੈਕਟ ਲੈ ਕੇ ਆਏ ਤਾਂ ਮੈਨੂੰ ਪ੍ਰੋਜੈਕਟ ਦੀ ਆਊਟਲਾਈਨ ਤੋਂ ਹੀ ਪਤਾ ਲੱਗ ਗਿਆ ਕਿ ਆਹ ਚੀਜ਼ ਹੈ ਜਿਹਦੀ ਮੈਂ ਵੇਟ ਕਰ ਰਿਹਾ ਸੀ ਕਿ ਇੱਦਾਂ ਦਾ ਕੰਮ ਕਿਉਂ ਨਹੀਂ ਹੁੰਦਾ। ਕਿਉਂਕਿ ਕਹਿੰਦੇ ਘਰ ਦੇ ਭਾਗ ਡਿਉੜੀ ਤੋਂ ਦਿਸ ਪੈਂਦੇ ਵੀ ਅੰਦਰ ਕੀ ਹੈ, ਅਤੇ ਮੈਨੂੰ ਉਹਨਾਂ ਦੇ ਨਰੇਸ਼ਨ 'ਤੇ ਸਮਝ ਆ ਗਈ ਸੀ ਕਿ ਵੀ ਆਰ ਗੋਨਾ ਡੂ ਸਮਥਿੰਗ ਰੀਅਲੀ ਗੁੱਡ। ਤੁਸੀਂ ਕਹਿੰਦਾ ਕਿ ਫਿਲਮ ਦੇ ਪਿੱਛੇ ਡਰਾਈਵਰ ਜਾਂ ਅੱਗੇ ਉਸ ਤੋਂ ਅੱਗੇ ਪਾਇਲਟ, ਮੈਂ ਪਾਇਲਟ ਵੀ ਨਹੀਂ, ਮੈਂ ਤਾਂ ਐਸਟ੍ਰੋਨੋਟ ਕਹਾਂਗਾ ਜੀ, ਕਿ ਇੱਕ ਨਵੀਂ ਚੀਜ਼ 'ਤੇ ਰਿਸਰਚ ਕਰ ਰਿਸਰਚ ਕਰ ਕਿਸੇ ਪਲੈਨਟ 'ਤੇ ਜਾ ਕੇ, ਦਿਸ ਮੂਵੀ ਇਜ਼ ਔਨ ਸਮ ਅਦਰ ਪਲੈਨਟ। ਮੈਂ ਸਮਝਦੇ ਨਹੀਂ ਕਿ ਜਿਹੜੀ ਸਾਡੇ ਪੰਜਾਬੀ ਸਿਨੇਮਾ ਦੀ ਧਰਤੀ ਹੈ ਉੱਥੇ ਰਹਿ ਕੇ ਫਿਲਮ ਨਹੀਂ ਬਣੀ, ਤੁਹਾਨੂੰ ਇਸ ਫਿਲਮ ਲਈ ਇਸ ਫਿਲਮ ਨੂੰ ਬਣਾਉਣ ਲਈ ਕਿਸੇ ਹੋਰ ਪਲੈਨਟ 'ਤੇ ਜਾਣਾ ਪੈਣਾ ਸੀ, ਐਂਡ ਵੀ ਵੈਂਟ ਦੇਅਰ, ਐਂਡ ਆਈ ਕੈਨ ਸੇ ਵੀ ਮੇਡ ਅ ਵੈਰੀ ਗੁੱਡ ਮੂਵੀ। ਫਰਦਰ ਆਡੀਅੰਸ ਇਜ਼ ਜ਼ਰੂਰ ਦੱਸਿਆ ਕਿ 11 ਮਾਰਚ ਨੂੰ ਰਿਲੀਜ਼ ਹੋਣੀ, ਆਪਾਂ ਸਾਰਿਆਂ ਨੇ ਦੇਖਣ ਜਾਣਾ, ਫਸਟ ਡੇ ਫਸਟ ਸ਼ੋਅ ਦੇਖਣਾ, ਫਿਰ ਉਸ ਤੋਂ ਬਾਅਦ ਰਿਵਿਊ ਵੀ ਦੱਸਾਂਗੇ, ਭਾਜੀ ਨੂੰ ਵੀ ਦੱਸਾਂਗੇ। ਅਤੇ ਗਿੱਪੀ ਭਾਜੀ, ਜੋ ਅਸੀਂ ਹੁਣ ਤੱਕ ਟ੍ਰੇਲਰ ਤੋਂ ਸਮਝ ਪਾ ਰਹੇ, ਸਾਨੂੰ ਇੱਕ ਆਮ ਜੋ ਪ੍ਰੋਬਲਮ ਅੱਜ ਕੱਲ੍ਹ ਯੂਥ ਦੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ, ਪਹਿਲੀ ਤਾਂ ਉਹਨਾਂ ਦੀ ਨੋਨ ਸੀਰੀਅਸਨੈਸ ਹੈ ਉਹਨਾਂ ਦੀ, ਅਗਰ ਪਿੰਡਾਂ ਦੀ ਗੱਲ ਕਰੀਏ ਤਾਂ ਕੋਈ ਸੀਰੀਅਸਨੈਸ ਨਹੀਂ ਹੈ, ਮਾਂ ਬਾਪ ਨੇ ਜੋ ਕਹਿਤਾ ਉਹਨਾਂ ਜੇ ਪੈਲੀ ਹੈਗੀ ਹੈ ਜੀ, ਉਹਦੇ ਤੋਂ ਐਸ਼ ਕਰੀ ਜਾਣੀ, ਜੇ ਕੋਈ ਕੰਮ ਧੰਦਾ ਹੈਗਾ ਉਹਦੇ ਤੋਂ ਕਰੇ ਜਾਣਾ। ਇਸ ਮੂਵੀ ਵਿੱਚ ਇੱਕ ਟਰਾਂਸਫੋਰਮੇਸ਼ਨ ਦੇ ਦਿਸ ਨਜ਼ਰ ਆ ਰਹੀ ਹੈ ਕਿ ਇੱਕ ਨੋਨ ਸੀਰੀਅਸ ਨੂੰ ਇੱਕ ਸੀਰੀਅਸ ਜਦੋਂ ਉਹਨੂੰ ਦਿਸ ਜਾਂਦਾ ਕਿ ਉਹਦਾ ਲਕਸ਼ਯ ਕੀ ਹੈਗਾ ਲਾਈਫ ਦੇ ਵਿੱਚ, ਕੀ ਹੋਣਾ ਚਾਹੀਦਾ, ਜੋ ਸਾਨੂੰ ਨਜ਼ਰ ਆ ਰਿਹਾ ਇਸ ਫਿਲਮ ਦੇ ਵਿੱਚ ਜੀ। ਇਸ ਤੋਂ ਇਲਾਵਾ ਥੋੜ੍ਹਾ ਜਿਹਾ ਮੈਂ ਚਾਹਾਂਗਾ ਕਿ ਤੁਸੀਂ ਦੱਸੋ ਕਿ ਐਕਚੁਅਲੀ ਇਹਦਾ ਮੈਸੇਜ ਜੋ ਫਿਲਮ ਦਾ ਲਾਸਟ ਆਊਟ ਆਉਂਦਾ ਹੈ, ਉਹ ਮੈਸੇਜ ਕੀ ਹੈਗਾ ਫਿਲਮ ਦਾ? ਦੇਖੋ ਜੀ, ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਬੜੀਆਂ ਪ੍ਰੋਬਲਮਾਂ ਨੇ ਜਿਨ੍ਹਾਂ ਨੂੰ ਆਪਾਂ ਹਾਈਲਾਈਟ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਇੱਦਾਂ ਦੀਆਂ ਫਿਲਮਾਂ ਪਤਾ ਨਹੀਂ ਕਿੰਨੀਆਂ ਬਣ ਸਕਦੀਆਂ ਨੇ ਇਸ ਤਰ੍ਹਾਂ ਦੇ ਇਸ਼ੂਆਂ ਦੇ ਉੱਤੇ, ਹੈ ਨਾ। ਬਟ ਅਸੀਂ ਜਿਹੜੇ ਖਾਸ ਮੇਨ ਟੱਚ ਕੀਤੇ ਨੇ, ਹੈ ਨਾ, ਕਿ ਮਰ ਰਹੀ ਕਿਸਾਨੀ, ਭਰੂਣ ਹੱਤਿਆ, ਡਰੱਗਸ, ਈਵਨ ਬੇਰੁਜ਼ਗਾਰੀ, ਸਟਰਗਲ ਯੂਥ ਦਾ, ਕਿੱਧਰ ਨੂੰ ਯੂਥ ਕਿੱਧਰ ਨੂੰ ਜਾ ਰਿਹਾ, ਫਿਊਚਰ ਸਾਡਾ ਕਿੱਥੇ ਜਾ ਰਿਹਾ, ਹੈ ਨਾ। ਕਿਸੇ ਦਾ ਕੋਈ ਧਿਆਨ ਨਹੀਂ, ਹਰ ਬੰਦਾ ਨੈਗੇਟਿਵ ਸੋਚ ਲੈ ਕੇ ਘੁੰਮ ਰਿਹਾ ਵਾ। ਸੋ ਉਹ ਚੀਜ਼ਾਂ ਨੇ ਉਹ ਪਲੋਟ ਦਾ ਬੇਸ ਬਣਾ ਕੇ ਉਹਦੀ ਇੱਕ ਇੰਟਰਟੇਨਿੰਗ ਫਿਲਮ ਬਣਾਉਣੀ, ਸੋ ਸਾਡਾ ਚੈਲੰਜ ਇਹੀ ਸੀਗਾ। ਕਿਉਂਕਿ ਕਈ ਵਾਰੀ ਕੀ ਹੁੰਦਾ, ਲੋਕ ਥੀਏਟਰ ਦੇ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਫਿਲਮ 'ਚ ਇੰਟਰਟੇਨਮੈਂਟ ਨਹੀਂ, ਜਦਕਿ ਸਿਨੇਮੇ ਦਾ ਨਾ ਹੀ ਇੰਟਰਟੇਨਮੈਂਟ ਹੈ ਨਾ। ਅਤੇ ਇੱਦਾਂ ਅਸੀਂ ਕਦੇ ਵੀ ਨਹੀਂ ਸੋਚ ਸਕਦੇ, ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਹਸਾਈਏ, ਤੁਹਾਨੂੰ ਵਧੀਆ ਚੀਜ਼ਾਂ ਦੇਈਏ, ਤੁਹਾਨੂੰ ਹੋ ਸਕਦਾ ਕਿਤੇ ਕਿਤੇ ਰੋਈਏ ਵੀ, ਇਮੋਸ਼ਨ ਵੀ ਦੇਈਏ। ਬਟ ਜਦੋਂ ਤੁਸੀਂ ਫਿਲਮ ਦੇਖ ਕੇ ਬਾਹਰ ਨਿਕਲੋ ਤਾਂ ਤੁਹਾਡੇ ਮਨ ਦੇ ਵਿੱਚ ਚਾਰ ਚੀਜ਼ਾਂ ਹੋਣ ਕਿ ਯਾਰ ਹਾਂ, ਜੇ ਅਸੀਂ 2-4% ਇੱਦਾਂ ਦਾ ਮਾਹੌਲ ਰੱਖੀਏ ਤਾਂ ਸ਼ਾਇਦ ਸਾਡੀ ਆਪਣੀ ਪਰਸਨਲ ਲਾਈਫ ਅਤੇ ਆਪਣੇ ਆਲੇ ਦੁਆਲੇ ਦੇ ਵਿੱਚ ਬੜੀਆਂ ਚੀਜ਼ਾਂ ਚੇਂਜ ਹੋ ਸਕਦੀਆਂ ਨੇ। ਸੋ ਕੋਸ਼ਿਸ਼ ਇਹੀ ਸੀਗੀ ਜੀ ਕਿ 5-7% ਪੰਜਾਬ 'ਚ ਚੇਂਜ ਆ। ਚੇਂਜ ਆ, ਤੁਸੀਂ ਕਿਹਾ ਨਾ ਕਿ ਕਾਮੇਡੀ ਦੀ ਗੱਲ ਕੀਤੀ, ਉਹ ਅੱਜ ਵੀ ਟੈਮੀ ਦਾ ਜਿਹੜਾ ਡਾਇਲੋਗ ਹੈਗਾ, ਅੱਜ ਮੈਂ ਜੋ ਕੁਛ ਵੀ ਹਾਂ ਪਰ ਅਗਰ ਪੰਜਾਬੀ ਸਿਨੇਮਾ ਦੀ ਗੱਲ ਕਰੀਏ, ਪਿਛਲੇ ਕੁਛ ਸਾਲਾਂ 'ਚ ਬਹੁਤ ਤਰੱਕੀ ਕੀਤੀ ਹੈ। ਸਿਰਫ ਨਾ ਪੰਜਾਬ ਦੀ ਗੱਲ ਕਰੀਏ, ਵਿਦੇਸ਼ਾਂ ਦੀ ਗੱਲ ਕਰੀਏ, ਹਰ ਦੇਸ਼ ਦੇ ਵਿੱਚ ਪੰਜਾਬੀ ਸਿਨੇਮਾ ਬਹੁਤ ਉੱਪਰ ਆ ਰਿਹਾ, ਉਹਦੇ ਨਾਲ ਇਹ ਕੰਪੀਟੀਸ਼ਨ ਵੀ ਵੱਧ ਰਿਹਾ। ਸੋ ਜਿੱਦਾਂ ਹੁਣ ਪੰਜਾਬੀ ਸਿਨੇਮਾ ਦੇ ਵਿੱਚ ਪਹਿਲਾਂ ਅਸੀਂ ਦੇਖਦੇ ਸੀ ਸਾਲ 'ਚ 1-2 ਫਿਲਮ ਰਿਲੀਜ਼ ਹੁੰਦੀ ਸੀ, ਹੁਣ ਤਾਂ ਕਈ ਵਾਰ ਮਹੀਨੇ ਕਿ ਸੇਮ ਡੇ 'ਤੇ ਵੀ ਕਈ ਵਾਰ ਫਿਲਮਾਂ ਰਿਲੀਜ਼ ਹੋ ਰਹੀਆਂ। ਤੁਸੀਂ ਕੀ ਦੇਖਦੇ ਹੋ, ਫਿਊਚਰ ਕੀ ਦੇਖਦੇ ਹੋ ਪੰਜਾਬੀ ਸਿਨੇਮਾ? ਦੇਖੋ, ਮੇਰੇ ਖਿਆਲ 'ਚ ਤਾਂ ਵਧੀਆ ਗੱਲ ਹੈ ਜੀ, ਆਉਣੀਆਂ ਚਾਹੀਦੀਆਂ ਫਿਲਮਾਂ, ਬਹੁਤ ਅੱਛੀਆਂ ਫਿਲਮਾਂ ਆਉਣੀਆਂ ਚਾਹੀਦੀਆਂ। ਪਹਿਲਾਂ ਸਮ ਟਾਈਮ ਕੀ ਹੁੰਦਾ ਸੀਗਾ ਕਿ ਫਿਲਮਾਂ ਆਉਂਦੀਆਂ ਸੀ, ਕਿਉਂਕਿ ਦੇਖੋ ਅੱਜ ਦੀ ਡੇਟ 'ਚ ਵੀ ਹਰ ਫਿਲਮ ਵਧੀਆ ਤਾਂ ਬਣ ਨਹੀਂ ਸਕਦੀ ਹੈ। ਜੇ 10 ਫਿਲਮਾਂ ਆਉਂਦੀਆਂ ਉਹਦੇ 'ਚੋਂ 5-4 ਫਿਲਮਾਂ ਵਧੀਆ ਹੋਣਗੀਆਂ, 2-3 ਐਵਰੇਜ ਹੋਣਗੀਆਂ, 1-2 ਨਹੀਂ ਵੀ ਵਧੀਆ ਹੋਣਗੀਆਂ। ਸੋ ਜਿੰਨੀਆਂ ਵੱਧ ਆਉਂਦੀਆਂ, ਸਿਨੇਮਾ ਗਰੋ ਕਰਦਾ ਜੀ ਡੇ ਬਾਏ ਡੇ, ਲੋਕਾਂ ਨੂੰ ਆਦਤ ਪੈਂਦੀ ਆ ਫਿਲਮਾਂ ਦੇਖਣ ਦੀ, ਕਿਉਂਕਿ ਆਪਾਂ ਪਹਿਲਾਂ ਨੋਰਮਲੀ ਹਿੰਦੀ ਫਿਲਮਾਂ ਹੀ ਦੇਖਦੇ ਸੀਗੇ। ਜੇ ਆਪਾਂ 15 ਫਿਲਮਾਂ ਦੇਖੀਆਂ ਸਾਲ ਦੀਆਂ ਤਾਂ 15 ਹੀ ਹਿੰਦੀ ਹੁੰਦੀਆਂ ਸੀ, ਹੁਣ ਇੱਦਾਂ ਦਾ ਆਉਣ ਲੱਗ ਗਿਆ ਜੇ 15 ਦੇਖਦੇ ਹਾਂ 5 ਪੰਜਾਬੀ ਹੋਣ ਲੱਗ ਗਈਆਂ, ਹੈ ਨਾ। ਮੈਂ ਚਾਹੁੰਦਾ ਕਿ ਇਹ ਟਾਈਮ ਇੱਦਾਂ ਦਾ ਆਵੇ ਕਿ 15 ਦੀਆਂ 15 ਪੰਜਾਬੀ ਹੋਣ, ਆਪਣੇ ਜਿਹੜੇ ਬੰਦੇ ਹਿੰਦੀ ਸਿਨੇਮਾ ਦੇਖਦੇ ਨੇ ਉਹ ਵੀ ਸਾਰੇ ਖੁੱਲ੍ਹ ਕੇ ਪੰਜਾਬੀ ਦੇਖ ਰਹੇ, ਕਿਉਂਕਿ ਜਦੋਂ ਆਪਾਂ ਐਜ਼ ਏ ਪੰਜਾਬੀ ਹੋਣ ਦੇ ਨਾਤੇ ਆਪਾਂ ਹਿੰਦੀ ਫਿਲਮ ਦੇਖ ਸਕਦੇ ਹਾਂ, ਤਾਂ ਇੱਕ ਹਿੰਦੀ ਬੰਦਾ ਜਿਹੜਾ ਹਿੰਦੀ ਨੂੰ ਟਿਪੀਕਲ ਹਿੰਦੀ ਆਉਂਦੀ ਹੈ, ਉਹ ਪੰਜਾਬੀ ਕਿਵੇਂ ਦੇਖ ਸਕਦਾ, ਕਿਉਂਕਿ ਲੈਂਗੁਏਜ ਤਾਂ ਸਿਮਿਲਰ ਹੀ ਆ, ਕੋਈ ਬਹੁਤ ਡਿਫਰੈਂਸ ਨਹੀਂ ਹੈ। ਅਗਰ ਤੁਸੀਂ ਦੇਖਿਆ ਜਾਵੇ ਬਾਲੀਵੁੱਡ ਦੀ ਕਿਹੜੀ ਉਹ ਫਿਲਮ ਹੈ ਜਿਹਦੇ ਵਿੱਚ ਪੰਜਾਬੀ ਗਾਣਾ ਨਹੀਂ ਅੱਜ ਕੱਲ੍ਹ? ਬਿਲਕੁਲ ਜੀ, ਸਿਨੇਮਾ ਦੀ ਕੋਈ ਲੈਂਗੁਏਜ ਨਹੀਂ ਲੱਗਦੀ, ਕੋਈ ਲੈਂਗੁਏਜ। ਅਸੀਂ ਹੁਣ ਫਲਾਈਟ 'ਚ ਬੈਠੇ ਵੀ ਮੇਰੇ ਖਿਆਲ 'ਚ 3 ਫਿਲਮਾਂ ਦੇਖੀਆਂ ਹੋਣੀਆਂ, 1 ਇੰਗਲਿਸ਼ ਦੇਖੀ ਹੋਣੀ ਹੈ, ਤੇ 2 ਅਸੀਂ ਜਿਹੜੀਆਂ ਉਹ ਜ਼ਬਾਨਾਂ ਦੇਖੀਆਂ ਸਾਨੂੰ ਨਹੀਂ ਆਉਂਦੀਆਂ, ਜਿਹੜਾ ਅੱਜ ਕੱਲ੍ਹ ਸਬ ਟਾਈਟਲ ਸਭ ਸਾਰਾ ਕੁਝ ਸਮਝਾ ਦਿੰਦੇ ਆ। ਸੋ ਲੈਂਗੁਏਜ ਇਜ਼ ਨੋ ਬਾਰ। ਬਿਲਕੁਲ ਜੀ, ਔਰ 11 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਜਾਨ
बस यही मैसेज है जी कि अपने परिवार समय देखियो जी, बच्चों को जरूर लेके जायो, बुजुर्गों को जरूर लेके जायो। साड़ी कोशिश ये कि अगे कई फिल्में इदा दियाँ अपने बच्चों या पेरेंट्स नाल बैठ के तुसी कहने हो कि यार ये किदा की फिल्म देखने आ गई। सो मेरा थॉट सिर्फ इन्ना सी जो तुसी अपने बुजुर्गों अपने बच्चों नाल बैठोगे तो तुसी प्राउड फील करो कि यार वाकई असी एक अच्छी फिल्म देखने आए। बहुत बहुत एक बार फिर कहांगा बेस्ट ऑफ लक तुहानू। 11 मार्च नूं सारे नूं गुजारिश रिक्वेस्ट है जी, पंजाब वीडियो जिहड़े भी जिहड़े सुन रहे ने, जिथे जिथे सुन रहे ने देख रहे ने, उन्हां सारे नूं रिक्वेस्ट है कि 11 मार्च नूं आपां सारे थिएटर च जाणा, मूवी नूं पूरा जिन्ना सपोर्ट कर सके, अपनी लैंग्वेज नूं, अपनी पंजाबी मां बोली नूं, पंजाबी सिनेमा नूं सानूं सारे नूं सपोर्ट करना चाहिदा। सो सारे दा धन्नवाद, ते खास तौर ते धन्नवाद गिप्पी भाजी ते गुरप्रीत भाजी दा जिहड़े सिद्धे फ्लाइट तों साडे कोल आए ने। थैंक यू एंड बेस्ट ऑफ लक भाजी। पता नहीं लग रिहा कि मूंह नहीं धोते, असीं सिद्धे आ गए जहाज। थैंक यू जी, थैंक यू।